गलबात चली तो तुसी पहली बाजी जित गए, पहली बाजी फिर वो सिलसिला शुरू हो गया, फिर उदू बाद नाल ही असी 10 दिन बाद थोड़े पिंड छड़ी गुजराल। अच्छा जी, वह भी असी बाजी जित गए। ये 2000 यह मेरे हिसाब ना भी 7 की गल। अच्छा, उदों जिहड़ियां कबूतरां दीआं नस्लां सी कोई नस्लां दा फर्क सी नहीं? सानू सिर मामे वाले कबूतरां दे यकीन हुंदा सी, क्यों उहदे कोल कबूतर ही बहुत टॉप दे सी, असी होर जे साडे कोठे ते वी आ के बहिंदे ही डाउंदे सी। नहीं, तुसीं जदों गल कीती आ ਵੀ ਪਮਾਲੀ ਪਿੰਡ ਲੋਕਾਂ ਦੇ ਕਬੂਤਰ ਉਹੋ ਜਿਹੇ ਸੀ ਤੇ ਤੁਹਾਡਾ ਬਲੂੰਗੜਾ ਜਿਹਾ ਸੀ, ਤੇ ਅਸੀਂ ਮਾਮੇ ਨਾਲ ਸਲਾਹ ਕੀਤੀ ਪਹਿਲਾਂ, ਜਦੋਂ ਆਹ ਫੋਨ ਤਾਂ ਘਰ ਵਾਲੇ ਫੋਨ ਹੁੰਦੇ ਸੀ ਵੀ ਆਹ ਬੱਚਾ ਜਿਹਾ, ਉਹ ਕਹਿੰਦਾ ਬਹੁਤ ਚੰਗੇ ਕਬੂਤਰਾਂ ਛੱਡ ਦਿਓ ਤੁਸੀਂ, ਬੇਧੜਕ ਹੋ ਕੇ ਜਿੱਤੂਗਾ। ਅੱਛਾ, ਜਿੰਨੀ ਉਹਨੇ ਖੇਡ ਸਾਨੂੰ ਦੱਸੀ ਉਹ ਤਾਂ ਖੇਡਾਂ ਵੀ ਇੰਨੀਆਂ ਸੀ, ਹੁਣ ਤਾਂ ਖੇਡਾਂ ਵੀ ਬਹੁਤ ਵੱਧ ਗਈਆਂ। ਚਲੋ ਉਹ ਵੀ ਆਪਾਂ ਗਾਹਾਂ ਗੱਲਾਂ ਬਾਤਾਂ ਕਰਦੇ ਹਾਂ। ਹਾਂਜੀ, ਗੁਜਰਾਲ ਛੱਡਤਾ? ਅੱਛਾ ਜੀ, ਗੁਜਰਾਲ ਵੀ ਅਸੀਂ ਜਿੱਤ ਕੇ 6 ਦੀ ਸਾਂਝੀ ਹੋਈ ਸੀ 2:30 ਵਜੇ। ਗਰਮੀ 'ਚ ਸੀ? ਗਰਮੀ, ਪੂਰੀ ਗਰਮੀ ਸੀ। ਹਾਂਜੀ, ਇਦੋਂ 20 ਦਿਨ ਬਾਅਦ ਸੀ। ਅੱਛਾ, ਹਾਂਜੀ ਹਾਂਜੀ। ਉੱਥੇ ਫਿਰ 6 ਕਬੂਤਰ ਰਹਿ ਗਏ? 6 ਕਬੂਤਰ ਰਹੇ ਜੀ, 6 ਕਬੂਤਰ ਆਪਣੇ ਜਾਣ ਪਛਾਣ ਵਾਲੇ ਸੀ, ਸ਼ਾਇਦ 2 ਕਬੂਤਰ ਕਾਲਖ ਦੇ ਸੀ, ਕਾਲਖ ਦੇ ਕਬੂਤਰ ਬਹੁਤ ਵਧੀਆ ਉੜਦੇ ਹੁੰਦੇ ਉਹ ਦਿਨਾਂ 'ਚ, ਉਹ ਦਿਨਾਂ 'ਚ। ਹਾਂਜੀ ਹਾਂਜੀ, ਇੱਕ ਸ਼ਾਇਦ ਜੱਗੇ ਰੈਪੁਰੀ ਦਾ ਸੀ ਉਸਤਾਦ ਜੀ, ਜੱਗਾ ਕਿਲਾ ਰਹੇ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਬੰਦਾ। ਹਾਂਜੀ ਹਾਂਜੀ ਹਾਂਜੀ, ਫਿਰ ਉਹ ਤੁਸੀਂ 6 ਨੇ ਅਸੀਂ ਸਾਂਝੀ ਕਰ ਲਈ। ਇੱਕ ਸ਼ਾਇਦ ਭੋਲੂ ਦਾ ਰਿਹਾ ਸੋਨੇ ਵਾਲ ਦਾ, ਉਹ ਵੀ 9 ਸੀ? ਹਾਂਜੀ, ਉਹ ਵੀ 9 ਸੀ, ਬਹੁਤ ਵਧੀਆ ਫੌਜੀ ਦਾ ਚੇਲਾ ਜੀ, ਉਹ ਬਹੁਤ ਵਧੀਆ ਬੰਦਾ ਭੋਲੂ ਬਾਈ ਸਿਓੜੇ। ਹਾਂਜੀ ਹਾਂਜੀ ਹਾਂ। ਅੱਛਾ, 6 ਨੇ ਸਾਂਝੀ ਕਰ ਲਈ? 6 ਨੇ ਹੀ ਸਾਂਝੀ ਕਰ ਲਈ, ਤਾਂ ਕਬੂਤਰੀ ਸਾਡੀ ਮਿਲ ਗਈ। ਉਹ ਦੂਜੀ ਬਾਜੀ ਸੀ ਤੁਹਾਡੀ? ਉਹ ਦੂਜੀ ਬਾਜੀ ਸੀ। ਅੱਛਾ, ਉਦੋਂ ਬਾਅਦ ਸਾਡਾ ਸ਼ੌਂਕ ਨਹੀਂ? ਫਿਰ ਘਰੇ ਆ ਗਏ? ਫਿਰ ਬਾਪੂ ਨੂੰ ਦੱਸਿਆ ਕਿ ਨਹੀਂ? ਨਹੀਂ, ਬਾਪੂ ਨੂੰ ਨਹੀਂ ਫਿਰ ਦੱਸਿਆ। ਹਾਂ, ਬਸ ਅਸੀਂ ਆਪਦੇ ਘਰੇ ਇੰਜੋਏ ਕੀਤੀ। ਬਾਪੂ ਹਫ਼ਤੇ ਬਾਅਦ ਆਉਂਦੇ ਹੁੰਦੇ ਡੈਡੀ ਸਾਡੇ ਘਰੇ, ਤੇ ਮਤਲਬ ਉਹ ਗੱਲ ਹੋ ਗਈ ਵੀ ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ? ਸਾਨੂੰ ਕਿਸੇ ਦਾ ਡਰ? ਬਤਾਇਆ ਤਾਇਆ ਨਾਲ ਹੀ ਸੀ। ਤਾਇਆ ਨਾਲ ਸੀ, ਹੈ ਨਾ? ਤਾਇਆ ਤਾਂ ਨਾਲ ਹੀ ਸੀ, ਫਿਰ ਤਾਇਆ ਤਾਂ ਅੱਜ ਵੀ ਨਾਲ ਨਹੀਂ ਨਾਲ। ਅੱਛਾ, ਉਹ ਚੱਲ ਪਿਆ ਫਿਰ ਦੂਜੀ ਬਾਜੀ? ਚੱਲ ਪਿਆ ਸਿਲਸਿਲਾ। ਫਿਰ ਉਦੋਂ ਬਾਅਦ ਸਾਨੂੰ ਸ਼ੌਂਕ ਵੱਧ ਗਿਆ ਕੁਛ ਮਾਮਾ ਜੀ ਨੂੰ ਇਹ ਹੋ ਗਿਆ ਵੀ ਮੁੰਡੇ ਆਪਦੇ ਆਪ ਸਮਝਣ ਲੱਗ ਗਏ। ਪਹਿਲਾਂ ਉਹ ਡਰਦਾ ਸੀ ਸਾਨੂੰ ਦੱਸਣ ਨੂੰ ਵੀ ਮੇਰੀ ਖੇਡ ਖੜਾ ਦੇਣਗੇ ਇਹ, ਵੀ ਪਹਿਲਾਂ ਸਾਨੂੰ ਖੇਡ ਦੱਸਣ ਤੋਂ ਡਰਦਾ ਸੀ ਵੀ ਮੇਰੀ ਖੇਡ ਖੜਾ ਦੇਣਗੇ ਜਵਾਕ ਨੇ। ਖੇਡ ਵੀ ਕੋਈ ਹੁੰਦੀ ਆ? ਖੇਡ ਜਿਵੇਂ ਕੁਛ ਵੀ, ਆਪਾਂ ਸਾਰੇ ਆਪਦੀ ਆਪਦੀ ਖੇਡ ਲਾ ਕੇ ਛੱਡਦੇ ਆ ਕਬੂਤਰ, ਜਿਵੇਂ ਜਿਵੇਂ ਤੁਹਾਨੂੰ ਸਰਪੰਚ ਸਾਹਿਬ ਨੇ ਗੌਸਗੜ੍ਹ ਵਾਲੇ ਨੇ ਖੇਡ ਲਾਤੀ ਤੇ ਤੁਸੀਂ ਤੇਜ਼ ਹੋ ਗਏ? ਬਸ ਤੇਜ਼ ਹੋ ਗਏ। ਹਾਂਜੀ, ਉਵੇਂ ਆਪਾਂ ਹੁਣ ਤੇਜ਼ ਹੋ ਗਏ। ਹਾਂ, ਉਹ ਮਾਮੇ ਨੇ ਖੇਡ ਦੱਸੀ? ਮਾਮੇ ਨੇ ਖੇਡ ਦੱਸੀ। ਹਾਂਜੀ, ਠੀਕ ਆ ਗੱਲ, ਫਿਰ ਖੇਡ ਤਾਂ ਖੇਡ ਹੀ ਆ, ਕਿਉਂ ਸਰਪੰਚ ਸਾਹਿਬ? ਹਾਂਜੀ ਹਾਂ, ਤੇ ਚਲੋ ਖੇਡ ਤਾਂ ਅੱਛਾ। ਉਦੋਂ ਬਾਅਦ ਜੀ 2008 ਦੇ ਵਿੱਚ, ਹਾਂਜੀ ਮਤਲਬ 7 ਤੋਂ 8-9 ਦੀ ਗੱਲ ਆ, ਅਸੀਂ 70 ਬਾਜ਼ੀਆਂ ਛੱਡੀਆਂ ਸਨ 2009 ਦੇ ਵਿੱਚ। ਅਸੀਂ 70 ਬਾਜ਼ੀਆਂ ਛੱਡੀਆਂ, ਪਹਿਲੀ ਬਾਜ਼ੀ ਅਸੀਂ ਹਰੇ, ਉਹ ਕਿਹੜਾ ਪਿੰਡ ਸੀ ਬਾਬੀ? ਆਹ 5 ਬਾਜ਼ੀ ਸੀ ਉਹ ਜਿਹੜੀ ਆਹ ਸੀ ਟੋਬੇ ਦੇ ਕੋਲ, ਨਹੀਂ ਨਹੀਂ ਉਹਦੇ ਕੋਲ ਸਮਰਾਲੇ ਕੋਲ, ਕਿਹੜਾ ਪਿੰਡ ਸੀ ਉਹ? ਚਲੋ ਉੱਥੇ ਹਰ ਗਏ ਅਸੀਂ ਪਹਿਲੀ ਬਾਜ਼ੀ ਛੱਡੀ ਅਤੇ ਪਹਿਲਾ ਹੀ ਕਬੂਤਰ ਸਾਡਾ ਹਰ ਗਿਆ 2009 ਦੇ ਵਿੱਚ। 2009 ਦੀ ਗੱਲ ਆ ਜੀ। ਹਾਂਜੀ, ਸ਼ੁਰੂਆਤ ਜਾਣੀ ਵੱਡੇ ਪੱਧਰ 'ਤੇ ਕੀਤੀ? ਵੱਡੇ ਪੱਧਰ 'ਤੇ ਕੀਤੀ, ਪਹਿਲੀ ਬਾਜ਼ੀ ਅਸੀਂ ਹਰ ਗਏ। ਅੱਛਾ ਜੀ, ਉਦੋਂ ਬਾਅਦ ਅਸੀਂ 69 ਬਾਜ਼ੀਆਂ ਲਗਾਤਾਰ ਹੀ ਜਿੱਤੇ, ਪਹਿਲੀ ਹਾਰੇ ਬਾਕੀ ਸਾਰੀਆਂ ਜਿੱਤ ਗਏ। ਪਹਿਲੀ ਹਾਰਨ ਦਾ ਕਾਰਨ ਕੀ? ਪਹਿਲੀ ਹਾਰਨ ਦਾ ਕਾਰਨ ਇਹ ਹੋਇਆ ਸਾਨੂੰ ਬਸ ਵੀ ਛੇਤੀ ਜਿੱਤ ਲਈਏ ਜਾ ਕੇ। 2007-08 ਦਾ ਹੌਸਲਾ ਸੀ? ਹੌਸਲਾ ਸੀ, ਹੁਣ ਬੱਲੇ 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 ਹੁਣ ਸਾਡਾ ਨਾਂ ਆ ਸਾਡੇ ਕੋਲ, ਮਤਲਬ ਆਇਆ ਵੀ ਸਮਝ ਲਓ ਵੀ ਰਾਤ ਨੂੰ ਉੱਠ ਨਹੀਂ ਹੋਇਆ, ਬਸ ਸੁੱਤੇ ਰਹੇ ਵੀ ਚੱਲ ਸਵੇਰੇ ਉੱਠ ਤਾਂ ਜਾਣਾ ਹੀ ਨੇ। ਅੱਛਾ, ਰਾਤ ਨੂੰ ਵੀ ਉੱਠਣ ਹੁੰਦੇ ਆ? ਰਾਤ ਨੂੰ ਫਿਰ ਕਬੂਤਰ ਸਾਹਮਣਾ ਜਾਗਣਾ ਨਹੀਂ। ਅੱਛਾ, ਇਹਦੀ ਜਦੋਂ ਤੁਸੀਂ ਬਾਜ਼ੀਆਂ ਛੱਡਦੇ ਹੋ, ਹਾਂਜੀ ਇਹਦੀ ਕੋਈ ਪ੍ਰੋਪਰ ਤਿਆਰੀ ਕਰਨੀ ਪੈਂਦੀ ਆ? ਤਿਆਰੀ ਤਾਂ ਕਰਨੀ ਪੈਂਦੀ, ਚਾਹੇ ਕੋਈ ਵੀ ਪਲੇਅਰ ਆ ਜਦੋਂ ਆਪਾਂ ਉਹਨੂੰ ਖੇਡ ਦੇ ਵਿੱਚ ਲਿਆਉਣਾ, ਪ੍ਰੈਕਟਿਸ ਤਾਂ ਕਰਾਉਣੀ ਪੈਂਦੀ ਆ। ਕੀ ਕਰਦੇ ਆ ਉਹਦੇ ਲਈ? ਚਲੋ ਉਹਦਾ ਸਟੈਮਿਨਾ ਵਧਾਉਣਾ, ਉਹਨੂੰ ਘਰੇ ਪਹਿਲਾਂ ਦੇਖਣਾ ਵੀ ਕਿਹੜਾ ਸੋਹਣਾ ਉੜਦਾ, ਕਿਹੜਾ ਵਧੀਆ। ਹੁਣ ਸਾਰੇ ਦੇਖੋ ਤੁਸੀਂ ਲਿਆਉਣਾ ਕਬੂਤਰ ਜਾ ਕਿਸੇ ਹੋਰ ਨੇ ਲਿਆਉਣਾ, ਸਭ ਐਂਟਰੀ ਦੇ ਉੱਤੇ ਵਧੀਆ ਕਬੂਤਰ ਲਿਆਉਂਦੇ ਆ, ਅਤੇ ਆਪਾਂ ਵੀ ਆਪਦਾ ਤਿਆਰ ਕਰਕੇ ਵਧੀਆ ਜਿੱਤ ਦੀ ਤਕਦੀਰ ਆ। ਅੱਛਾ, ਜਦੋਂ ਤੁਸੀਂ ਇਹ ਗੱਲ ਕਰੀ ਕਬੂਤਰ ਤਿਆਰ ਕਰ ਲਏ, ਫਿਰ 70 ਬਾਜ਼ੀਆਂ ਛੱਡੀਆਂ, ਕਬੂਤਰ ਵੀ ਬਹੁਤ ਤਿਆਰ ਕੀਤੇ ਹੋਣਗੇ? ਕਬੂਤਰ ਵੀ ਅਸੀਂ ਹਰ ਇੱਕ ਸਾਲ ਜਿਹੜੀ 200 ਬੱਚਾ ਕਢਾਉਂਦੇ ਹਾਂ, 250 ਬੱਚਾ। ਅੱਛਾ, ਹਾਂਜੀ, ਹਰ ਇੱਕ ਸਾਲ ਸਾਡੀ ਅਸੂਲ ਹੁੰਦਾ ਵੀ 250 ਬੱਚਾ ਕਢਾਉਣਾ, ਕਿਉਂ ਵਿੱਚ ਗੁੰਮ ਜਾਂਦੇ ਨੇ, ਵਿੱਚ ਜਦੋਂ ਗਜਾਉਂਦੇ ਹਾਂ ਕੋਈ ਦਰਖਤ 'ਤੇ ਬਹਿ ਗਿਆ, ਹੁਣ ਕਬੂਤਰ ਤਾਂ ਉਹ ਛੱਡਣਾ ਜਿਹਦੇ ਪੈਰ ਨਾ ਲੱਗੇ ਹੁਣ। ਅੱਛਾ ਜਗਰੂਪ ਸਿੰਘ ਜੀ, ਚਲੋ ਹਰੇਕ ਬੰਦਾ ਆਪਦੀ ਖੇਡ ਖੇਡਦਾ ਵਾ। ਹਾਂਜੀ ਹਾਂਜੀ, ਤੁਸੀਂ ਫਿਰ ਜਦੋਂ ਇਹ ਖਿਡਾਰੀ ਤੁਸੀਂ ਇਹਦੇ 'ਚ ਆ ਗਏ, ਚਲੋ ਉਦੋਂ ਜਿਹੜਾ ਇਹ ਖੇਡ ਦਾ ਸ਼ੌਂਕ ਸੀ ਜਦੋਂ ਤੁਸੀਂ ਸ਼ੁਰੂ ਕੀਤਾ, ਹਾਂਜੀ ਹਾਂਜੀ, ਪਰਮਾਤਮਾ ਦੀ ਤੁਹਾਡੇ ਕਿਰਪਾ ਸੀ, ਅੰਕਲ ਹੋਣੀ ਵੱਡੀ ਜੌਬ 'ਤੇ ਸੀਗੇ। ਹਾਂਜੀ ਹਾਂਜੀ, ਤੁਸੀਂ ਕਬੂਤਰ ਮਾਮੇ ਤੋਂ ਬਗੈਰ ਕਿਸੇ ਹੋਰ ਤੋਂ ਵੀ ਲਏ? ਨਹੀਂ, ਉਹ ਦਿਨਾਂ ਦੇ ਵਿੱਚ ਅਸੀਂ ਮਾਮੇ ਤੋਂ ਬਗੈਰ ਕਬੂਤਰ ਕਿਸੇ ਦਾ ਨਹੀਂ ਵਾੜਿਆ ਸੀ, ਸਵਾਏ ਮਾਮੇ ਵਾਲੇ ਕਬੂਤਰ ਅਸੀਂ ਵਧਾਏ ਗਾਹਾਂ ਵੀ ਮਾਮਾ ਹੀ ਵੱਡਾ ਨੌਵਾਂ। ਹਾਂ, ਮਾਮਾ ਹੀ ਵੱਡਾ ਨੌਵਾਂ ਬਈ। ਹਾਂਜੀ ਹਾਂਜੀ, ਵੀ ਭਾਣਜੇ ਉਹਦੀ ਬੁੱਕਲ 'ਚ ਹੀ ਰਹੇ ਆ। ਨਹੀਂ, ਹੁਣ ਚਲੋ ਸਾਡੀ ਆੜੀ, ਹੁਣ ਗੁਰਮੀਤ ਹੋਣੀ ਜਿਹੜੇ ਮੈਡ ਬਾਬੇ ਦਾ ਪੋਤਾ ਲਾਲ ਬਾਈ ਵਾਲੇ, ਇਹ ਕੌਣ ਨੇ? ਲਾਲ ਬਾਈ, ਲਾਲ ਬਾਈ ਬਠਿੰਡੇ ਕੋਲ ਪੈਂਡਾ, ਲਾਲ ਬਾਈ
ਲਾਲ ਬਾਈ ਪਿੰਡ ਪਿੰਡ ਆ ਹਾਂਜੀ ਕੌਣ ਨੇ ਉੱਥੇ ਦਾ ਜੀ ਮਿੱਡ ਬਾਬਾ ਹੁੰਦਾ ਸੀ ਬਹੁਤ ਮਸ਼ਹੂਰ ਉਹਦਾ ਪੋਤਾ ਗੁਰਮੀਤ ਗੁਰਮੀਤ ਸਾਡਾ ਭਾਈਆਂ ਵਾਲਾ ਉਹਦੇ ਨਾਲ ਪਿਆਰ ਆ ਪੜ੍ਹਨ ਵੇਲੇ ਤੱਕ ਹੁਣ ਨਵਾਂ ਨਹੀਂ ਹੁਣ ਨਵਾਂ ਪਿਆ ਸੀ ਉਹਦਾ ਸਾਡੇ ਨਾਲ ਪਿਆਰ ਮੇਰੇ ਹਿਸਾਬ ਨਾਲ ਵੀ 14-15 ਦੀ ਗੱਲ ਆ ਉਦੋਂ ਪਿਆ ਅੱਛਾ ਤੇ ਇੱਕ ਲਾਲੀ ਰਾਏਕੋਟ ਲਾਲੀ ਲਾਲੀ ਰਾਏਕੋਟ ਦਾ ਹਾਂਜੀ ਇੱਕ ਦਰਾਹੇ ਵਾਲਾ ਲਾਲੀ ਆ ਤੇ ਇੱਕ ਇਹ ਲਾਲੀ ਰਾਏਕੋਟ ਹਾਂ ਉਹ ਲਾਲੀ ਡੈਚੇ ਵਾਲਾ ਇਹ ਲਾਲੀ ਰਾਏਕੋਟ ਦਰਾਹੇ ਵਾਲਾ ਲਾਲੀ ਲਾਲੀ ਆਹ ਲਾਲੀ ਉਹ ਵੀ ਹੈਗਾ ਗਾਹਾਂ ਗੱਲ ਕਰਾਂਗੇ ਵੀ ਕੀ ਲੱਗਦਾ ਤੇਰਾ ਹਾਂਜੀ ਹਾਂਜੀ ਦਾ ਲਾਲੀ ਤੇਰਾ ਕੀ ਲੱਗਦਾ ਫਿਰ ਇਹਨਾਂ ਕਬੂਤਰਾਂ ਨਾਲ ਅਸੀਂ ਗਾਹਾਂ ਲਈ ਕਬੂਤਰ ਵਧਾਏ ਅੱਛਾ ਜਿਉਂ ਜਿਉਂ ਸ਼ੌਕ ਵਧੀ ਗਿਆ ਤੇ ਖੁੱਡੇ ਵੀ ਵੱਧ ਗਏ ਹੁਣ ਅੱਜ ਦੀ ਘੜੀ ਅੱਛਾ ਚਲੋ ਆਪਾਂ ਗੱਲ ਕਰਦੇ ਹਾਂ 69 ਬਾਜ਼ੀਆਂ ਹੋ ਗਈਆਂ ਹਾਂਜੀ ਹਾਂ ਤੁਸੀਂ ਜਿੱਤ ਗਏ ਹਾਂਜੀ ਹਾਂ ਉਹ ਸੀਜ਼ਨ 'ਚ ਫਿਰ ਤੁਸੀਂ ਜਿਹੜਾ ਪੰਜਾਬ ਦਾ ਪਹਿਲਾ ਮੋਟਰਸਾਈਕਲ ਆ ਹਾਂਜੀ ਉਹ ਕਿਹੜੇ ਸਨ 'ਚ ਜਿੱਤੇ ਉਹ 2009 ਦੀ ਉਹ ਗੱਲ ਆ ਜੀ 9 ਦੀ ਉਹ ਗੱਲ ਆ ਉਹ ਗੱਲ ਆਊਗੀ ਉਹ ਇਹ ਨਾ ਸਲੇਮਪੁਰ ਮਸੰਦਾ ਦੀ ਗੱਲ ਆ ਇਹ ਜਲੰਧਰ ਕੋਲ ਪਿੰਡ ਆ ਇਹ ਮੇਰੇ ਖਿਆਲ ਜਲੰਧਰ ਸ਼ਹਿਰ ਦੇ ਵਿੱਚ ਹੀ ਪਿੰਡ ਜਲੰਧਰ ਸ਼ਹਿਰ ਤੋਂ ਥੋੜਾ ਜਿਹਾ ਉਰੇ ਆ 2-3 ਕਿਲੋਮੀਟਰ ਹੁਣ ਸ਼ਹਿਰ ਬਣ ਗਿਆ ਹੁਣ ਸ਼ਹਿਰ ਬਣ ਗਿਆ ਮੈਂ ਜਾਂਦਾ ਉੱਥੇ ਮਸੰਦਾ ਪਿੰਡ ਅਸੀਂ ਨਾ ਉਹ 2008 ਦੇ ਵਿੱਚ ਪਹਿਲੀ ਗੇਰਾਂ ਉੱਥੇ ਬਾਜੀ ਛੱਡੀ ਜਾ ਕੇ ਸਾਨੂੰ ਪਹਿਲੀ ਗੇਰਾਂ ਪਤਾ ਲੱਗਿਆ ਜਲੰਧਰ ਵੀ ਇੱਧਰ ਬਾਜੀਆਂ ਸੋਹਣੀਆਂ ਹੁੰਦੀਆਂ ਨੇ ਅੱਛਾ ਉਦੋਂ ਫਿਰ ਤੁਸੀਂ ਯਾਨੀ ਜ਼ਿਲ੍ਹੇ 'ਚ ਹੀ ਰਹਿੰਦੇ ਸੀਗੇ ਉਦੋਂ ਪਹਿਲਾਂ 7-8 'ਚ ਹਾਂ ਜ਼ਿਲ੍ਹੇ 'ਚ ਦੂਰ ਨਹੀਂ ਜਾਂਦੇ ਸੀ ਫਿਰ 8 'ਚ ਗਏ ਹਾਂਜੀ ਹਾਂ ਅੱਛਾ ਅਸੀਂ 9-8 'ਚ ਜਦੋਂ ਗਏ ਉੱਥੇ ਕਬੂਤਰ ਕਿੰਨੇ ਸੀ ਬਾਬੀ ਯਾਰ 40-45 ਕਬੂਤਰ ਹੁੰਦੇ ਸੀ ਉਦੋਂ ਉੱਥੇ ਉਦੋਂ ਮੁੱਢ ਵੀ ਵੱਧ ਗਿਆ ਸੀ ਕਿ ਉਨਾ ਹੀ ਸੀ ਮੁੱਢ 1100 ਰੁਪਇਆ ਸੀ ਉਦੋਂ 1100 ਤੇ ਯਾਨੀ ਗੱਲ ਪਹੁੰਚ ਗਈ ਸੀ ਤੇ ਉੱਥੇ ਆਪਣੇ ਫਰਿੱਜ ਨਾਮ ਸੀ ਫਰਿੱਜ ਹਾਂਜੀ ਹਾਂ ਉਦੋਂ ਤਾਂ ਵੱਡੀ ਗੱਲ ਸੀ ਫਰਿੱਜ ਵਾਲੀ ਉਹ ਮਹਾਰਾਜ ਦੀ ਕਿਰਪਾ ਹੋਈ ਅਸੀਂ ਫਰਿੱਜ ਇਕੱਲਿਆਂ ਨੇ ਜਿੱਤੀ ਸੀ 2 ਕਬੂਤਰ ਸਾਂਝੇ ਹੋਏ ਸੀ ਤੇ ਅਸੀਂ ਉਹ ਫਰਿੱਜ ਜਿੱਤੀ ਸੀ ਪਰ ਉਹਨਾਂ ਦਾ ਅਸੂਲ ਇਹ ਸੀ ਬੰਦਿਆਂ ਦਾ ਜਲੰਧਰ ਵਾਲਿਆਂ ਦਾ ਵੀ ਕਬੂਤਰ ਨੂੰ ਪਿੰਡ 'ਚ ਹੀ ਬੈਠਣਾ ਚਾਹੀਦਾ ਜਦੋਂ ਜਿੱਤ ਗਏ ਤੁਸੀਂ ਤਾਂ ਕਬੂਤਰ ਪਿੰਡ 'ਚ ਬੈਠੇ ਨਹੀਂ ਤੁਹਾਨੂੰ ਬਾਜੀ ਨਹੀਂ ਦੇਣੀ ਜਿਹੜਾ ਹਰਿਆ ਤੁਹਾਡੇ ਉਹਨੂੰ ਦੇਣੀ ਆ ਬਾਜੀ ਉਹ ਪਿੰਡ 'ਚ ਕਾਹਦੇ ਕਰਕੇ ਬਸ ਉਹਨਾਂ ਦਾ ਅਸੂਲ ਸੀ ਸ਼ਹਿਰ ਮਤਲਬ ਵੀ ਉਹਨਾਂ ਦਾ ਉਧਰਲੇ ਏਰੀਆ ਦਾ ਅਸੂਲ ਸੀ ਨਹੀਂ ਪਹਿਲੇ ਸਾਲ ਜਦੋਂ ਹੋਇਆ ਦੂਜੇ ਸਾਲ ਜਦੋਂ ਅਸੀਂ ਉਹ ਤੁਹਾਡੇ ਫਿਰ ਨਾਲ ਮੁਕਾਬਲਾ ਕਿਹੜਾ ਸੀ ਕਿਹੜੇ ਕਬੂਤਰ ਦਾ ਉਹ ਸ਼ਾਇਦ ਇਹਦੇ ਆਪਣੇ ਕੀ ਆ ਜੀਤੇ ਗਰੁੱਪ ਦੇ ਬੰਦਿਆਂ ਦਾ ਕਬੂਤਰ ਸੀ ਜੀਤਾ ਕਿੱਥੇ ਦਾ ਜੀਤਾ ਚੰਨ ਨਾਲ ਦਾ ਵਧੀਆ ਖਿਡਾਰੀ ਆ ਬਹੁਤ ਨਾਂ ਉਹਦਾ ਉਹਦਾ ਨਾਲ ਟੱਕਰ ਚੱਲਦੀ ਉਹਦੇ ਬੰਦੇ ਦਾ ਕਬੂਤਰ ਸੀ ਉਹ ਵੀ ਸੀ ਉੱਥੇ ਉਹ ਫਰਿੱਜ ਤੇ ਸਾਡਾ ਆਪਸ ਵਿੱਚ ਕਬੂਤਰ ਉੱਡ ਰਹੇ ਸੀ ਤੇ ਦੋਹਾਂ ਕਬੂਤਰਾਂ ਨੇ ਚੱਕਰ ਮਾਰਿਆ ਉਹ ਅੱਧ ਚੋਂ ਮੁੜਿਆ ਸਾਡੇ ਵਾਲਾ ਉੱਪਰ ਚਲੇ ਗਿਆ ਤੇ ਉਹ ਦਿਖਣੋਂ ਹਟ ਗਿਆ ਤੇ ਸਾਡੇ ਵਾਲੇ ਤੇ ਟਾਈਮ ਲਾ ਤਾ ਇਹ ਆ ਕੇ ਇਨਸਾਨ ਸਾਹਿਬ ਦੇ ਬਹਿ ਗਈ ਸਾਡੇ ਵਾਲਾ ਉੱਪਰੋਂ ਥੱਲੇ ਆ ਗਿਆ ਉਹ ਫਰਿੱਜ ਜਦੋਂ ਟਾਈਮ ਲਾਤਾ ਜਿਹੜੇ ਫਿਰ ਦੂਜੇ ਬੰਦੇ ਕਬੂਤਰ ਉਹ ਅਗਲੇ ਨੇ ਚਾਹ ਕਰਨਾ ਵੀ ਉਹ ਤਾਂ ਗਿਆ ਹੁਣ ਫਰਿੱਜ ਅਸੀਂ ਜਿੱਤ ਲਏ ਉਹ ਟਾਕੀ ਖੋਲਣ ਲੱਗ ਗਏ ਸੀ ਖੁੱਲ ਗਈ ਸੀ ਯਾਨੀ ਖੁੱਲ ਗਈ ਸੀ ਆ ਚਲੋ ਖੁੱਲ ਗਈ ਤੁਹਾਡੇ ਤਾਂ ਬਈ ਗਿਆ ਉਹ ਤਾਂ ਚਲੋ ਚਾਹ ਹੁੰਦਾ ਹੀ ਆ ਇਹ ਤਾਂ ਹੁੰਦਾ ਹੀ ਆ ਹਾਂਜੀ ਉਹ ਸਾਰਿਆਂ ਨੂੰ ਹੁੰਦਾ ਹੀ ਚਾਹ ਚਲੋ ਭਰਾ ਨੇ ਆਪਣੇ ਉਹ ਵੀ ਨਹੀਂ ਚਲੋ ਉਹ ਤਾਂ ਮੁਕਾਬਲਾ ਚੱਲਦਾ ਉਹ ਮੈਦਾਨ ਤੱਕ ਮੁਕਾਬਲਾ ਉਦੋਂ ਬਾਅਦ ਭਰਾ ਵਾ ਤੇ ਉਹ ਜਦੋਂ ਹੋ ਗਿਆ ਬਈ ਫਿਰ ਹੱਸਣ ਲੱਗ ਗਏ ਬਾਈ ਤਾਕੀ ਅਸੀਂ ਖੋਲੀ ਹੁਣ ਤੁਸੀਂ ਖੋਲ ਲਓ ਬਸ ਇਹੀ ਹੋਇਆ ਇਹ ਪਿਆਰ ਦੀਆਂ ਗੱਲਾਂ ਨੇ ਵੀ ਤਾਕੀ ਚੋਂ ਕੋਈ ਹਿੱਸਾ ਦਿੱਤਾ ਉਹਨਾਂ ਨੂੰ ਕਿ ਨਹੀਂ ਫਿਰ ਸਾਰੀ ਫਰਿੱਜ ਇਕੱਲਿਆਂ ਦੀ ਸੀ ਲਿਆਏ ਹਾਂਜੀ ਫਰਿੱਜ ਅਸੀਂ ਲਿਆਏ ਉੱਥੋਂ ਪਹਿਲੀ ਫਰਿੱਜ 2008 ਦੇ ਵਿੱਚ ਕਿਉਂਕਿ ਉਦੋਂ ਪੈਸੇ ਘੱਟ ਹੁੰਦੇ ਸੀ ਉਦੋਂ ਹਰੇਕ ਚੀਜ਼ ਦਾ ਹੀ ਉਦੋਂ ਪੱਖਾ ਵੱਧ ਤੋਂ ਵੱਧ ਪੱਖਾ ਨਾਮ ਹੁੰਦਾ ਸੀ ਜਾਂ ਛੱਤ ਵਾਲਾ ਪੱਖਾ ਜਾਂ ਤੁਹਾਡਾ ਦਾਤੀ ਫਰ ਫਰਿੱਜ ਜਾਂ ਸ਼ੀਲਡ ਫਿਰ ਫਰਿੱਜ ਤਾਂ ਜਦੋਂ ਘਰੇ ਲਿਆਂਦੀ ਆ ਫਿਰ ਲਾਤੀ ਘਰੇ ਲਿਆ ਕੇ ਵੀ ਡੈਡੀ ਨੂੰ ਕਿਹਾ ਵੀ ਜਿੱਤ ਲਈ ਬਸ ਹੁਣ ਹਾਂ ਉਹ ਕਹਿੰਦਾ ਵੀ ਮੈਂ ਤਾਂ ਥੱਕ ਗਿਆ ਤੁਹਾਨੂੰ ਸਮਝਾ ਤੋਂ ਆ ਗਿਆ ਜਿਹੜਾ ਕੋਈ ਮਰਜ਼ੀ ਕਰੋ ਹੁਣ ਬਈ ਹੁਣ ਮੇਰੇ ਗੱਲੋਂ ਮੇਰੇ ਹੱਥ ਇਹ 8 ਦੀ ਗੱਲ ਤੋਂ ਬਾਅਦ ਫਿਰ ਆਪਾਂ 9 ਚ ਆ ਗਏ 9 ਚ ਆ ਗਏ 9 ਦੇ ਵਿੱਚ ਅਸੀਂ ਫਿਰ ਆਹ ਬਾਜ਼ੀਆਂ ਜਿੱਤੀਆਂ ਲਗਾਤਾਰ ਜਾਣੀਆਂ ਇੰਨੀਆਂ 70 ਬਾਜ਼ੀਆਂ ਹਾਂਜੀ ਉਹਦੇ ਵਿੱਚ ਰਿਕਾਰਡ ਆ ਸਾਡੇ 23 ਵਧੀਆ ਕਿੱਥੇ ਦਾ ਪਹਿਲਾਂ ਤਾਂ ਇਹ ਸਲੇਮਪੁਰ ਮਸੰਦਾ ਵਾਲੇ ਨੇ ਸਾਨੂੰ ਫੋਨ ਕੀਤਾ ਬਈ ਬਾਜੀ ਛੱਡੋ ਸਾਡੇ ਪਿੰਡ ਮੋਟਰਸਾਈਕਲ ਨਾ ਵਾ 2009 ਦੇ ਵਿੱਚ ਜਲੰਧਰ ਦੇ ਹੁਣ ਵਿੱਚ ਹੀ ਆ ਪਿੰਡ ਮਸੰਦਾ ਇੱਕ ਰੰਧਾਵਾ ਮਸੰਦਾ ਵੀ ਆ ਨਹੀਂ ਸਲੇਮਪੁਰ ਮਸੰਦਾ ਇਹ ਸਲੇਮਪੁਰ ਮਸੰਦਾ ਖੇਡਾਂ ਵੀ ਮਸ਼ਹੂਰ ਆ ਇੱਥੇ ਬਹੁਤ ਹਾਂਜੀ ਹਾਂਜੀ ਉਸ ਪਿੰਡ ਪੰਜਾਬ ਦਾ ਪਹਿਲਾ ਮੋਟਰਸਾਈਕਲ 2009 ਦੇ ਵਿੱਚ ਦਿੱਤਾ ਆਪਾਂ ਜਿੱਤਿਆ ਹਾਂਜੀ ਅੱਛਾ ਉੱਥੇ ਤੁਹਾਨੂੰ ਉਹਨਾਂ ਦੇ ਸੁਨੇਹਾ ਭੇਜੇ ਉਹਨੇ ਸਾਨੂੰ ਸੁਨੇਹਾ ਭੇਜੇ ਪਹਿਲੇ ਪਿਛਲੇ ਸਾਲ ਫਰਿੱਜ ਦਿੱਤੇ ਆ ਹੁਣ ਆਓ ਵੀ ਆਓ ਤੁਸੀਂ ਅਸੀਂ ਕਿਹਾ ਵੀ ਤੁਸੀਂ ਦੇਖੋ ਜਿਹੜਾ ਪਹਿਲਾਂ ਤਾਂ ਕਬੂਤਰ ਬੈਠਣ ਵਾਲਾ ਅਸੂਲ ਹੀ ਬੰਦ ਕਰੋ ਵੀ ਹੁਣ ਸਾਡੇ ਕਬੂਤਰ ਚੱਲ ਸਾਡੇ ਵੀ ਸਾਰਿਆਂ ਦੇ ਕਬੂਤਰ ਵਧੀਆ ਕਹੀ ਨਹੀਂ ਰਾਤ ਨੂੰ ਨਹੀਂ ਬਹਿੰਦਾ ਤੁਸੀਂ ਜਿੱਤੇ ਹੋਏ ਕਬੂਤਰ ਹਾਰ ਜਾਣਾ ਉਹ ਕਹਿੰਦੇ ਵੀ ਜਿਵੇਂ ਅਸੂਲ ਹੈਗੇ ਆ ਬਾਜੀ ਦੇ ਆਪਾਂ ਕਰ ਦਿਓ ਚਲੋ ਜੀ ਉੱਥੇ ਅਸੀਂ 5 ਵਜੇ ਸਾਰੀ ਬਾਜੀ ਅੱਛਾ ਅਸੂਲ ਵੀ ਤੁਹਾਡੇ ਖਾਤਰ ਬਦਲਤਾ ਨਹੀਂ ਅਸੂਲ ਸਾਡੇ ਕਰਕੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਸਲਾਹ ਦਿੱਤੀ ਹਾਂ ਵੀ ਤੁਹਾਡੇ ਜੇ ਲੁਧਿਆਣੇ ਜ਼ਿਲ੍ਹੇ 'ਚ ਇਹ ਕੁਛ ਆ ਤਾਂ ਅਸੀਂ ਵੀ ਇਹ ਕੁਛ ਕਰ ਲਈਏ ਅੱਛਾ ਉਹਨਾਂ ਨੇ ਉਹ ਸਾਰਾ ਕੁਝ ਚੇਂਜ ਕਰਤਾ ਮੰਨ ਲਿਆ ਉਹਨਾਂ ਨੇ ਹਾਂਜੀ ਅਸੀਂ ਕਬੂਤਰ ਛੱਡਤਾ ਸਾਡੀ 5 ਅਸੀਂ 2 ਕਬੂਤਰ ਛੱਡੇ ਉੱਥੇ ਇੱਕ ਦੀ ਬਜਾਏ 2 ਛੱਡਤੇ ਵੀ ਮੋਟਰਸਾਈਕਲ ਜਿੱਤਾ ਹਾਂਜੀ ਉੱਥੇ ਮਿਲਣਾ 1500 ਐਂਟਰੀ ਸੀ ਭਾਵੀ 1700-1500 ਇੰਨੀ ਕੁ ਐਂਟਰੀ ਉਹ ਕੁਛ ਯਾਦ ਵੀ ਨਹੀਂ ਕਿੰਨੇ ਕਬੂਤਰ ਐਂਟਰ ਹੋਏ ਉੱਥੇ 100 ਤੋਂ ਉੱਤੇ ਕਬੂਤਰ ਸੀ 100 ਤੋਂ ਉੱਤੇ ਸੀ ਕਿਹੜੇ ਚੋਟੀ ਦੇ
ਉਸ ਲੈਵਲ ਮੈਂ ਜੇ ਕਹਿਵਾਂ ਵੀ ਸਾਡਾ ਉਸ ਵੇਲੇ ਨਾਂ ਨਹੀਂ ਬਣਿਆ ਸੀ ਉਦੋਂ ਸਾਨੂੰ ਜਾਣਨ ਲੱਗ ਗਏ ਸੀ ਲੋਕ ਵੀ ਦੋਨੋਂ ਵਾਲੇ ਕੋਈ ਹੈਗੇ ਨੇ ਦੋਨੋਂ ਵਾਲੇ ਬਈ ਕੋਈ ਹੈਗੇ ਨੇ ਸੱਜੂ ਦੇ ਭਾਣਜੇ ਸੱਜੂ ਦੇ ਭਾਣਜੇ ਹਾਂ ਹਾਂ ਅੱਛਾ ਉਦੋਂ ਬਾਅਦ ਅਸੀਂ ਉੱਥੇ ਸਾਰੇ ਸੀ ਸਾਰੇ ਤੁਹਾਡੇ ਗਾਮੀ ਵਾਲੇ ਗਰੁੱਪ ਸੀ ਜਿੱਤੇ ਹੁਣੀ ਮਿੱਕੀ ਬਾਈ ਗਾਮੀ ਵਾਲਾ ਉਦੋਂ ਆ ਗਿਆ ਸੀ ਮੈਦਾਨ 'ਚ ਹਾਂਜੀ ਹਾਂਜੀ ਬਹੁਤ ਵਧੀਆ ਬੰਦਾ ਜੀ ਬਹੁਤ ਨੱਠਾ ਲੱਠਾ ਬੰਦਾ ਹਾਂ ਉਹ ਮੈਦਾਨ ਸੀ ਉਦੋਂ ਪੂਰੇ ਮੈਦਾਨ ਸੀ ਉਸ ਟਾਈਮ ਨਹੀਂ ਦੇਖੋ ਜਦੋਂ ਪਿੰਡਾਂ 'ਚ ਚਰਚਾ ਚੱਲਦੀ ਸੀ ਹਾਂਜੀ ਹਾਂ ਅਗਲਾ ਕਹਿੰਦਾ ਮਿੱਕੀਆਂ ਗਾਮੀ ਵਾਲਾ ਜਿਵੇਂ ਲੱਛੂ ਬਾਈ ਜੀ ਦੀ ਆਪਾਂ ਗੱਲ ਕੀਤੀ ਆ ਮਿੱਕੀ ਬਾਈ ਜੀ ਦਾ ਨਾਂ ਸੀ ਉਹਦਾ ਹਾਂ ਬ੍ਰਾਂਡ ਸੀ ਇੱਕ ਹਾਂ ਬ੍ਰਾਂਡ ਸੀ ਇੱਕ ਇਹ ਸੀ ਇੱਕ ਤੁਹਾਡੇ ਬਾਦਲ ਜਸਵੀਰ ਬਾਦਲ ਹੋਣੀ ਅੱਛਾ ਉਹ ਵੇਲੇ 'ਚ ਜਸਵੀਰ ਬਾਦਲ ਵੀ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਉਦੋਂ ਬਾਅਦ ਅਸੀਂ 100 ਤੋਂ ਉੱਤੇ ਕਬੂਤਰ ਸੀ ਸ਼ਾਇਦ ਅੱਛਾ ਇਹ ਦੋ ਬੰਦੇ ਹੋ ਗਏ ਹੋਰ ਬੰਦੇ ਉਹ ਵੇਲੇ ਦੇ ਗੁਲਜ਼ਾਰ ਸਿੱਧਮਾਲਾ ਜੀਤਾ ਚੰਨਣ ਵਾਲੀਆਂ ਸਾਰੇ ਜਿਹੜੀ ਕਰੀਮ ਅੱਜ ਚੱਲਦੀ ਉਹ ਸਾਰੀ ਸੀ ਉੱਥੇ ਉਦੋਂ ਹਾਂਜੀ ਹਾਂਜੀ ਅੱਛਾ ਤੇ ਉਦੋਂ ਬਾਅਦ ਅਸੀਂ 100 ਤੋਂ ਉੱਤੇ ਕਬੂਤਰ ਸੀ ਅਸੀਂ 5 ਵਜੇ ਸਾਰੀ ਬਾਜੀ ਜਿੱਤ ਲਈ ਤੇ ਸਾਡੀ ਕਬੂਤਰੀ 7:30 ਬੈਠੀ ਗਰਮੀ ਫੁੱਲ ਸੀ ਫੁੱਲ ਗਰਮੀ ਸੀ ਮੋਟਰਸਾਈਕਲ ਦਾ ਮੁਕਾਬਲਾ ਮੋਟਰਸਾਈਕਲ ਅੱਛਾ ਫਿਰ ਜਦੋਂ 5 ਵਜੇ ਮੰਨ ਲਓ 5 ਵਜੇ ਤੁਸੀਂ ਬਾਜੀ ਜਿੱਤ ਗਈ ਹਾਂਜੀ ਉਦੋਂ ਪਹਿਲਾਂ ਕਿੰਨੇ ਕਬੂਤਰ ਦੇ ਮੁਕਾਬਲਾ ਫਸ ਗਏ ਕਬੂਤਰ ਦੀ 6 ਤੇ 2 ਸਾਡੇ ਫਿਰਦੇ ਸੀ ਜਿਹੜੇ 2 ਛੱਡੇ ਥੋੜੇ ਹੀ ਫਿਰਦੇ ਸੀ 6 ਅੱਜ ਫਿਰਦੇ ਸੀ 4 ਹੋਰ ਸੀ 4 ਹੋਰ ਸੀ ਕਿਹੜੇ ਸੀ 4 ਉਹ 4 ਸ਼ਾਇਦ ਉਧਰਲੇ ਸੀ ਉਹ ਨਹੀਂ ਨਹੀਂ ਮੈਨੂੰ ਇੰਨਾ ਕੋਈ ਉੱਚੇ ਲੈਵਲ ਦਾ ਬੰਦਾ ਨਹੀਂ ਸੀ ਆਮ ਕਬੂਤਰ ਫਿਰਦੇ ਸੀ ਜਾਨੀ ਉਹ ਇਹ ਜਿਹੜੇ ਬਾਈ ਜੀ ਹੋਣੀ ਸੀ ਇੱਕ ਪਮਾਲ ਦਾ ਕਬੂਤਰ ਫਿਰਦਾ ਸੀ ਪਮਾਲੀ ਪਮਾਲ ਪਿੰਡ ਦਾ ਉਹ ਆਪਣੇ ਏਰੀਆ 'ਚ ਉਹ ਖੁਸ਼ ਸੀ ਆਪਣੇ ਨਾਲ ਬੰਦੇ ਖੜੇ ਸੀ ਉਹਨਾਂ ਦੀ ਕਬੂਤਰੀ ਪੂਰੀ ਨਹੀਂ ਤੁਹਾਨੂੰ ਐ ਨਹੀਂ ਕੀਤਾ ਵੀ ਨਹੀਂ ਉਹਨਾਂ ਨੇ 100 ਖਲਾਤੀ ਸਾਂਝੀ ਨਹੀਂ ਕਰਨੀ ਨਹੀਂ ਕੋਈ ਬੰਦੇ ਅੱਛਾ ਉਹਨਾਂ ਨੇ ਖਲਾਤੀ ਉਹਨਾਂ ਨੇ 100 ਖਲਾਤੀ ਵੀ ਇਕੱਲੇ ਬੰਦੇ ਨੂੰ ਮੋਟਰਸਾਈਕਲ ਦੇਣਾ ਅੱਛਾ ਦੂਜੇ ਬੰਦੇ ਨੂੰ ਮੋਟਰਸਾਈਕਲ ਨਹੀਂ ਦੇਣਾ ਅੱਛਾ ਤੇ ਉਹਨਾਂ ਨੇ ਫਿਰ ਉਹ 100 ਨਹੀਂ 100 ਤਾਂ ਚਲੋ ਕਾਲੀ ਉਹ ਆਸ ਵਿੱਚ ਵੀ ਬੰਦੇ ਕਰ ਲੈਂਦੇ ਆ ਵੀ ਆਪਾਂ ਵੰਡ ਲਈਏ ਮੋਟਰਸਾਈਕਲ ਜਦੋਂ ਉਹਨੇ 100 ਖਲਾਤੀ ਅਸੀਂ ਪੈਸੇ ਨੂੰ ਤਾਂ ਕਦੇ ਅੱਜ ਤੱਕ ਗਏ ਨਹੀਂ ਬਾਜੀ ਤੇ ਰੱਬ ਨੇ ਬਹੁਤ ਕੁਝ ਦਿੱਤਾ ਇਹ ਤਾਂ ਅਸੀਂ ਆਪਦਾ ਸ਼ੌਂਕ ਪੂਰਾ ਕਰਨ ਜਾਂਦੇ ਆ ਅੱਛਾ ਫਿਰ ਮੈਚ ਫਸ ਗਿਆ ਮੈਚ ਫਸ ਗਿਆ ਜੀ ਸਾਡੀ ਉਹ ਜਿਹੜੀ 2 ਕਬੂਤਰ 6ਾਂ ਚੋਂ 6ਾਂ ਨੇ ਚੱਕਰ ਮਾਰਿਆ ਉੱਪਰ ਉਹਦੇ ਵਿੱਚੋਂ 4 ਵਾਪਸ ਆਏ 3 ਆਏ 3 ਉੱਪਰੋਂ ਹੀ ਭੱਜ ਗਏ ਉਹ 3ਾਂ 'ਚ ਫਿਰ ਇੱਕ ਆਪਣੀ ਚਲੇ ਗਈ 3 ਤਾਂ ਚਲੇ ਗਈ ਤੇ 3 ਜਿਹੜੇ ਥੱਲੇ ਆ ਉਹਦੇ 'ਚ ਇੱਕ ਆ ਗਈ ਇਹ 2 ਹੀ ਕਬੂਤਰੀਆਂ ਮੈਂ ਜਿੱਤੀਆਂ ਹੋਈ ਛੱਡੀਆਂ ਸੀ ਸਾਹਮਣੇ ਵਾਲੇ ਦੋਹਾਂ ਕਬੂਤਰੀਆਂ ਨੇ ਵਿੱਥ ਪਾਈ ਸੀ ਲੋਕਾਂ ਨੂੰ 4 ਵਜੇ ਬਾਜੀ ਮੌਕੇ ਰਾਤ ਨੂੰ 7 ਵਜੇ ਬੈਠੀਆਂ ਸੀ ਨਹੀਂ ਉੱਥੇ ਦੀ ਆਪਾਂ ਉਹ 3 ਚਲੇ ਗਏ 3ਾਂ 'ਚ ਇੱਕ ਚਲੇ ਗਈ ਥੱਲੜੇ 3ਾਂ 'ਚ ਇੱਕ ਆ ਗਈ ਇੱਕ ਆਪਣੀ ਥੱਲੇ ਆ ਗਈ ਸਭ ਤੋਂ ਪਹਿਲਾਂ ਆਪਣੇ ਵਾਲੀ ਆਈ 2 ਉਸ ਤੋਂ ਬਾਅਦ ਟੁੱਟ ਗਏ 3 ਉਹ ਚਲੇ ਗਏ ਉਹਨਾਂ ਦਾ ਮੁਕਾਬਲਾ ਚੱਲਿਆ ਉਹਨਾਂ ਦਾ ਮੁਕਾਬਲਾ ਚੱਲਿਆ ਜੀ 5 ਵਜੇ ਤੱਕ ਅੱਛਾ 5 ਵਜੇ ਲਾਸਟ ਤੇ ਪੂਰੀ ਕਬੂਤਰੀ ਸੀ ਉਹ ਵੀ ਬਹਿ ਗਈ ਟੈਂਕੀ ਦੇ ਉੱਤੇ ਤੇ ਉਹ ਸਾਨੂੰ ਕਹਿੰਦੇ ਕਬੂਤਰੀ ਲਾ ਲਓ ਜਦੋਂ ਕਬੂਤਰੀ ਤੁਸੀਂ ਲਾਓਗੇ ਉਦੋਂ ਬਾਅਦ ਤੁਹਾਨੂੰ ਪੈਸੇ ਮਿਲਣੇ ਅੱਛਾ ਉਹ ਫਿਰ ਜਿਹੜਾ ਤੁਸੀਂ ਕਹਿੰਦੇ ਸੀ ਅਸੂਲ ਬਣਾ ਲਿਆ ਪਰ ਨਹੀਂ ਮੰਨੇ ਫਿਰ ਉਹ ਨਹੀਂ ਮੰਨੇ ਅਗਲੀ ਵਾਰ ਮੰਨੇ ਅੱਛਾ ਹਾਂ ਤੇ ਉਦੋਂ ਬਾਅਦ ਫਿਰ ਸਾਡੀ ਕਬੂਤਰੀ 7:30 ਜਾਂ 7:45 ਸ਼ਾਇਦ ਮੈਨੂੰ ਪਤਾ ਵੀ ਇੱਕ ਵਾਰੀ ਛਤਰੀ ਬਹਿ ਗਈ ਫਿਰ ਦੁਬਾਰਾ ਉੜ ਗਈ ਉਹ ਕਹਿੰਦੇ ਵੀ ਉੜ ਗਈ ਬਸ ਤੁਸੀਂ ਜਿੱਤ ਗਏ ਜੂ ਉਹਦੇ ਵਿੱਚ ਬਹਿ ਗਈ ਵੀ ਪਿੰਡ ਦੇ ਜੂਹ ਦੇ ਵਿੱਚ ਬਹਿ ਗਈ ਬਸ ਉਦੋਂ ਬਾਅਦ ਅਸੀਂ ਫਿਰ ਨਹੀਂ ਬਹਿ ਮੋਟਰਾਂ ਤੇ ਭੱਜੇ ਹੀ ਆਇਆ ਵੀ ਜਲੰਧਰ ਫਿਰ ਨਹੀਂ ਪਿੰਡ ਦੇਖਿਆ ਵੀ ਕਿੱਥੇ ਆ ਪਿੰਡ ਤਾਂ ਜਹਾਜ਼ ਹੀ ਬਣ ਗਿਆ ਹੁਣ ਤਾਂ ਨਹੀਂ ਜਹਾਜ਼ ਬਣੇ ਸੀ ਅਸੀਂ 10 ਜਣੇ ਗਏ ਸੀ ਉਦੋਂ ਮਰੂਤੀ ਹੁੰਦੀ ਸੀ ਚਲੋ ਸ਼ੁਰੂ ਤੋਂ ਗੱਡੀਆਂ ਰੱਖੀਆਂ ਪਰਮਾਤਮਾ ਦੀ ਕਿਰਪਾ ਹਾਂਜੀ ਤੇ ਗੱਡੀ 'ਚ ਬੈਠਣ ਨੂੰ ਤਿਆਰ ਨਹੀਂ ਕੋਈ ਮੋਟਰਸਾਈਕਲ ਸਾਰੇ ਬੈਠਣ ਨੂੰ ਤਿਆਰ ਇਹ ਖੁਸ਼ੀ ਹੋਈ ਨਹੀਂ ਸੀ ਪਹਿਲਾ ਮੋਟਰਸਾਈਕਲ ਸੀ ਪੰਜਾਬ ਹਾਂਜੀ ਪੰਜਾਬ ਦਾ ਹਾਂਜੀ